ਸ਼ਟਲ ਗੇਅਰ ਵਾਲਾ ਤਾਂ ਖੜੇ ਨਹੀਂ ਫਿਰ ਹੈ ਓਏ ਪੁੱਛੋ ਨਾ ਪੁੱਛ ਲੈ ਬਾਕੀ 744 ਪੂਰਾ ਵਧੀਆ ਕੱਢਦੀ ਆ ਨਾ ਆਪਣੇ ਨਾ ਮਿੱਤਰੋ ਟ੍ਰੈਕਟਰ ਨਾ ਦੋ ਮੈਂ ਲੱਗ ਰਿਹਾ ਚੈਨਲ ਲੱਗ ਰਹੇ ਹਾਂ ਦੋ ਚੈਨਲ ਕਹਿ ਰਿਹਾ ਐਂਪਲੀਫਾਇਰ ਲੱਗ ਰਹੇ ਹਾਂ ਸੋਰੀ ਇੱਕ ਫੋਰ ਚੈਨਲ ਇੱਕ ਮੋਨੋ ਬਟ ਨਾ ਜਿਹੜਾ ਫੋਰ ਚੈਨਲ ਆ ਆਪਣਾ ਇਹਨੂੰ ਚਾਰ ਓਵਲਾਂ ਨੂੰ ਰਨ ਕਰਾਇਆ ਰੈਂਪ ਚੱਕੀ ਕਿਆ ਹੋਇਆ ਬਾਈ ਆ ਇਸ ਐਂਪ ਕੋ ਉਹ ਬਾਈ ਇਹ ਨਹੀਂ ਲਾਉਣਾ ਯਾਰ ਇਸਕਾ ਰਹਿਣ ਦੇ ਯਾਰ ਖੜਾ ਉਹ ਪਿੱਛੋ ਬਸ ਬਾਈ ਉਹ ਲਾਉਣਾ ਨੀ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਸਮੇਂ ਸਾਰੇ ਹੋਣਗੇ ਵਧੀਆ ਲੋਡ ਆਪਾਂ ਹੀ ਵਧੀਆ ਬਾਈ ਕੱਲ੍ਹ ਰਾਤ ਜਦ ਵਲੋਗ ਐਂਡਿੰਗ ਕਰਦਾ ਮੈਂ ਕਹਿ ਕੇ ਹਟਿਆ ਤਾ ਵਲੋਗ ਐਂਡਿੰਗ ਹੋ ਰਿਹਾ ਬਰਸਾਤ 'ਤੇ ਸ਼ੁਰੂਆਤ ਵੀ ਬਰਸਾਤ 'ਤੇ ਕਰਾਂਗੇ ਜਦ ਅਗਲੇ ਵਲੋਗ ਕੀ ਕਰਾਂਗੇ ਤੋਂ ਬਾਅਦ ਉਸ ਨਹੀਂ ਹੋਈ ਦੇਖੋ ਬਾਈ ਚਲੋ ਸਵੇਰੇ ਨਹੀਂ ਆਇਆ ਆਇਆ ਦੁਪਹਿਰੇ ਨੂੰ ਟਾਈਮ ਬਾਈ 1 ਰਿਹਾ ਦਿਨ ਕਾ ਬਾਈ ਤਾਂ ਬਰਸਾਤ ਸ਼ੁਰੂ ਹੋ ਗਈ ਨਿਆਣੇ ਬੱਚੇ ਵੀ ਕਹਿ ਰਹੇ ਮਾਨੂੰ ਬਾਹਰ ਘੁੰਮਣਾ ਹਾਂ ਕਿਆ ਹੋ ਗਿਆ ਬੇਟਾ ਇਹਨੂੰ ਵੀ ਨਹੀਂ ਹੋਵਾ ਵੀ ਬਾਹਰ ਦੇਖਾਂ ਠੰਡਾ ਮੌਸਮ ਆ ਕਿਉਂਕਿ ਵੈਸੇ ਦਿਨ ਮੈਂ ਕੱਢਦੇ ਨਹੀਂ ਆ ਧੁੱਪ ਵਾਓ ਬਹੁਤ ਜ਼ਿਆਦਾ ਚਲੋ ਮਹਾਂ ਤੇਰੇ ਬਹਾਨੇ ਤੋਂ ਵੀ ਘੁੰਮ ਲਏ ਬਾਈ ਇਸਕੇ ਦੁਆਲਾ ਨਾ ਘੱਟ ਬਰਸਾਤ ਲੱਗਾ ਵੈਸੇ ਤਾਂ ਕਿਉਂਕਿ ਬੱਚੇ ਨੂੰ ਇਸ ਤਰ੍ਹਾਂ ਬਾਹਰ ਭੇਜਾਂ ਬਾਈ ਮਾਨਸੂਨ ਮਾਂ ਬਿਮਾਰ ਹੋਣੇ ਦਾ ਖਤਰਾ ਹੋ ਬਟ ਇਸਕੇ ਤਲਾ ਨਾ ਬਰੀਕ ਬਰੀਕ ਬਿਲਕੁਲ ਮਾਈਨਰ ਜੀ ਕਣੀਆਂ ਹੋਵਾਂ ਤਾਂ ਇਸਕੇ ਤਲਾ ਜੀ ਇੰਜੋਏ ਕਰ ਲਿਆ ਹੈ ਨਾ ਬੇਟਾ ਕੀ ਕਰ ਲਿਆ ਤੂੰ ਹੈ ਬਸ 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 ਬਾਕੀ ਗੁਨੂ ਕਿੰਨੇ ਮੰਥ ਕਾ ਹੋ ਗਿਆ ਗੁਨੂ ਤੋਂ ਹੈ 10 ਮੰਥ ਕਾ ਹੋ ਗਿਆ ਬਾਈ ਉਹ ਬਾਕੀ ਰਹਿ ਗਏ 2 ਮਹੀਨੇ ਇਸ ਘਰ ਮੇਰਾ ਜਨਮ ਦਿਨ ਤੁਹਾਨੂੰ ਪਤਾ ਜਿਹੜੇ ਪੁਰਾਣੇ ਵਲੋਗ ਦੇਖਾਂ ਇਕੱਠੀ ਆ ਬਾਈ 27 ਸਤੰਬਰ ਨੂੰ ਹੋਈ ਉਹ 1 ਕੀ ਹੋ ਜਾਏਗੀ ਮੈਂ ਥੋੜ੍ਹਾ ਜਿਹਾ ਹੋਰ ਹੋ ਜਾਊਂਗਾ ਬਾਈ 26-27 ਸਾਲ ਕਾ ਠੀਕ ਹੈ ਗੁਨੂ ਇਕੱਠੇ ਮਨਾਵਾਂਗੇ ਬਾਈ ਕੁੜੀ ਘਰ ਮੇਰਾ ਜਨਮ ਦਿਨ ਇਕੱਠਾ ਦੋਨੋਂ ਇਕੱਠੇ ਸੈਲੀਬ੍ਰੇਟ ਇਕੱਠੇ ਕਰਾਂਗੇ ਬਾਕੀ ਮਿੱਤਰੋ ਅੱਜ ਪਲੈਨ ਹੈਗਾ ਥੋੜ੍ਹਾ ਰਾਜਪੁਰਾ ਜਾਣਾ ਬਾਕੀ ਜੇ ਹੋ ਸਕਿਆ ਨਾ ਇੱਕ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜਾ ਨਵਾਂ ਸਵਰਾਜ ਆਪਣੇ ਆਇਆ ਸ਼ਟਲ ਗੇਅਰ ਵਾਲਾ ਸ਼ਟਲ ਗੇਅਰ ਕਹਿ ਲਓ ਚੇਂਜਰ ਗੇਅਰ ਕਹਿ ਲਓ ਉਸੇ ਰੰਗ ਦੇ ਜੇ ਹੋ ਸਕਿਆ ਜੇ ਖੜਾ ਹੋਇਆ ਤਾਂ ਜ਼ਰੂਰ ਦਿਖਾਵਾਂਗੇ ਜੇ ਵੀਡੀਓ ਵੀ ਥੋੜ੍ਹੀ ਜਿਹੀ ਪਰਮਿਸ਼ਨ ਮਿਲੀ ਤਾਂ ਅੱਛੀ ਤਰ੍ਹਾਂ ਦਿਖਾ ਦੇਂਗੇ ਨਾ ਮਿਲੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਟੀਪ ਟਲ ਆਪਾਂ ਕਰੋ ਦੇਂਗੇ ਬਾਈ ਸਾਰੇ ਬੰਦੇ ਨੂੰ ਪਤਾ ਨਹੀਂ ਕਹਾਂ ਦੇ ਪਤਾ ਲੱਗਾ ਬੰਦਾ ਨੀਂਦ ਆ ਰਹੀ ਸੋ ਇੰਨੀ ਘੰਟ ਨੀਂਦ ਆ ਰਹੀ ਨਾ ਵਿਸ਼ਾਲ ਸਾਹ ਨੂੰ ਲੱਗਾ ਹਰੀ ਵੀ ਖੋਰ ਦੱਸੂ ਜਦ ਤੰਨੇ ਮੈਨੂੰ ਫੋਨ ਕਰਿਆ ਜਦ ਮੈਂ ਤੇਰੇ ਪਹਿਲਾਂ ਫੋਨ ਕਿਉਂ ਨਹੀਂ ਚੱਕਿਆ ਮੈਂ ਜਦ ਬਾਮਾ ਕਰ ਲੂੰਗਾ ਸੋ ਰਿਹਾ ਤੂੰ ਵੀ ਦੇਖ ਲੈ ਬੰਦਾ ਮੈਨੂੰ ਪਤਾ ਕਿਆ ਚੱਕਰ ਫੇਰ ਫੋਨ ਕਰ ਦਿੱਤਾ ਮੈਨੂੰ ਨਹੀਂ ਉਹ ਲੱਗਿਆ ਕਹੀਂ ਤੋਂ ਮਹਾ ਟਰੈਕਟਰ ਵਾ ਤੈਨੂੰ ਪਤਾ ਨਹੀਂ ਲੱਗਿਆ ਹੈ ਕਿੱਤੀ ਕਰਾ ਦੁਬਾਰਾ ਫੋਨ ਕਰ ਤਾਂ ਕਰਕੇ ਚੱਕਰ ਪੜ ਗਿਆ ਬਾਕੀ ਮਿੱਤਰੋ ਬਰਸਾਤ ਆਈ ਸੀ 5 ਮਿੰਟ ਪੜਾ ਹੈ ਤੈਨੂੰ ਪਤਾ ਲੱਗਿਆ ਬਰਸਾਤ ਆਈ ਸੀ ਅੱਜ ਦਿਨ ਮਾ ਹਾਂ ਮੱਦੀ ਨਾਲੀ ਕਦੇ ਨਹੀਂ ਪਤਾ ਰਿਹਾ ਰਾਤ ਵਾਲੀ ਦੀ ਮੈਂ ਚੁੱਪ ਦੁਪਹਿਰ ਮਾ ਨਾ ਪੂਰਾ ਦੁਪਹਿਰੇ ਮੈਂ ਦੇਖ ਲੋ 1 ਵਜੇ ਬਰਸਾਤ ਆਈ ਇਸ ਬੰਦੇ ਨੂੰ ਨੀਂਦ ਮਾ ਪਤਾ ਨਹੀਂ ਲੱਗਿਆ ਕਹਾਂ ਲੇਖਾ ਦੇਗਾ ਯਾਰ ਤੂੰ ਹੈ ਔਖਾ ਬਾਈ ਤੇਰਾ ਜ਼ਿੰਦਗੀ ਤੇ ਬਾਕੀ ਕਿਤੇ ਨਹੀਂ ਦੇਖ ਰਿਹਾ ਯਾਰ ਨਾ ਇੱਕ ਨਾ ਵਾ ਲੈ ਕੇ ਆਣਾ ਇਸਕਾ ਫੋਨ ਖਰਾਬ ਹੋ ਰਿਹਾ ਫੋਨ ਲੈ ਕੇ ਆਣਾ ਉਹ ਚੱਕਾ ਮਿਲ ਜਾਗਾ ਅੱਜ ਕਿ ਨਾ ਕਰਿਆ ਮੈਂ ਇਹਨੂੰ ਫੋਨ ਕਰਿਆ ਹੋਊਗਾ ਠੀਕ ਇਸਕੇ ਤਾਂ ਕਹਿਣਾ ਹੈ ਬਾਈ ਤੈਨੇ ਆਪਣਾ ਦੇਖ ਲੈਣਾ ਦਾ ਜੁਗੋਂ ਮਾ ਤਾਂ ਪਤਾ ਨਹੀਂ ਲੱਗ ਰਿਹਾ ਹੈ ਪ੍ਰਸਾਦ ਦਾ ਪੂਰਾ ਕਿੱਤੀ ਕਿਤਨਾ ਪਾਣੀ ਖੜਿਆ ਲਾਦਾ ਮੈਂ ਰਾਤ 8-9 ਵਜੇ ਗੋਮ ਕਿਤਨਾ ਦਮੀ ਆਪਣਾ ਤਾਂ ਕੁਝ ਵੀ ਨਹੀਂ ਦਾ ਕਿੱਤੀ ਕਿਤਨਾ ਕਰ ਸੰਗਰ ਨੂੰ ਬਥੇਰਾ ਦਾ ਠੀਕ ਹੋ ਠੀਕ ਤਾਂ ਬਸ ਮੈਂ ਸੰਗਰ ਨੂੰ ਬਥੇਰਾ ਤੇਜ ਪੜਿਆ ਯਾਹਾਂ ਵੇ ਬੈਰੀਲ ਬਤੇ ਉਸ ਟਾਈਮ ਬਹੁਤ ਮੀਂਹ ਤਾਂ ਵੇ ਨੇ ਬਾਕੀ ਮਿੱਤਰੋ ਆਪਾਂ ਨੇ ਨਾ ਇੱਕ ਡਰਾਈਵਿੰਗ ਸਕੂਲ ਦਾ ਕੰਮ ਕਰਿਆ ਕਿਸੇ ਨੂੰ ਬਾਈ ਸਿੱਖਣਾ ਸੁੱਖਣਾ ਉਹ ਆਜੇ ਗਰੂਰਾ ਇਹ ਸਿਰਫ ਸਵਰਾਜ ਦੀ ਏਜੰਸੀ ਦੇ ਸਾਹਮਣੇ ਹੋ ਬਿਲਕੁਲ ਇੱਧਰ ਝੋਟੇ ਖੜੇ ਬਾਈ ਸ਼ਟਲ ਗੇਅਰ ਵਾਲਾ ਦੇਖਣਾ ਬਾਈ ਹਾਂ ਸ਼ਟਲ ਗੇਅਰ ਵਾਲਾ ਕੰਮ ਸਵਰਾਜ ਮਕਾਨ ਹੈ
ਘਟਿਆ ਗੋਰੋ ਵਾਲਾ ਕੱਟਿਆ ਹੋਇਆ ਗੋਰੋ ਤਾਂ ਉਹ ਵੀ ਕਟਵਾ ਗਿਆ ਯਾਰ ਰੇਲੀ ਦੇਖਾਂ ਸਹੀ ਉਹ 60 ਬੁਗੇ 50 ਨਹੀਂ ਆ 60 ਜਾ ਕੋ 50 ਚਾ 40 ਆ ਬਾਈ ਉਸ ਪਾਵਰ ਤੋਂ ਵੱਧਦਾ ਫਿਰ ਇਸਕੀ ਚਲੋ ਦੇਖਣਾ ਤਾਂ ਸਹੀ ਆ 60 ਉਸ ਪਾਵਰ ਆ ਯਾਰ 800 ਜਨ ਨੂੰ ਤਾਂ ਮਾਤ ਦੇਗਾ ਕਟਵਾ ਤੋਂ ਗਿਆ ਅਗਲਾ ਲੇਕ ਤੋਂ 855 ਗਿਆ ਫੇਰ ਮਾਤ ਕੇ ਟੱਟੂ ਕੀ ਦੇਣੀ ਬਾਈ ਨੇ ਹਾਂ ਚੱਲ ਸ਼ਟਲ ਗੇਅਰ ਵਾਲਾ ਤਾਂ ਖੜੇ ਨਹੀਂ ਫਿਰ ਹੈ ਓਏ ਪੁੱਛੋ ਨਾ ਪੁੱਛ ਲੈ ਬਾਕੀ 744 ਪੂਰਾ ਵਧੀਆ ਕੱਟਦੀ ਆ ਨਾ ਜੀ ਮਿੱਤਰੋ ਏਜੰਸੀ ਮੈਂ ਗਏ ਤੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀਡੀਓ ਮੈਂ ਦੱਸਿਆ ਤਾ ਬਈ ਸ਼ਟਲ ਗੇਅਰ ਵਾਲੇ ਕਿ ਸਾਡੇ ਦਰਸ਼ਨ ਕਰਾਵਾਂਗੇ ਬਟ ਸ਼ਟਲ ਗੇਅਰ ਵਾਲਾ ਜਿਹੜਾ ਬਈ ਸਵਰਾਜ 855 ਆ ਰਿਹਾ ਉਹ ਆ ਰਿਹਾ ਬੁਕਿੰਗ ਪਾ ਰਿਹਾ ਜਾਂ ਕਹਿ ਰਿਹਾ ਮਾਰ ਦੋ ਟਰੈਕਟਰ ਆਏ ਤੇ ਉਹ ਬਾਈ ਸਿਰਫ ਕਹਿ ਰਿਹਾ ਇੱਕ ਘੰਟਾ ਨਹੀਂ ਖੜੇ ਕਹਿ ਰਿਹਾ ਹੱਥੋਂ ਹੱਥ ਹੀ ਵਿਕ ਗਏ ਕਿਉਂਕਿ ਸਵਰਾਜ 855 ਲਾ ਲਓ ਬਈ ਇਸ ਟਾਈਮ ਪੂਰੇ ਛਾਇਆ ਹੋਇਆ ਜਾਂ ਵੋ ਉਸਮਾ ਅਵਾਰਡ ਮਿਲਿਆ ਕਿਹੜਾ ਕਿਹੜੀ ਉਸ ਦੀ ਉਸਕਾ ਮੈਨੂੰ ਪਤਾ ਨਹੀਂ ਯਾਰ ਕਿਹੜੇ ਉਸਮਾ ਅਵਾਰਡ ਮਿਲਿਆ ਉਹਨੂੰ ਬੈਸਟ ਟਰੈਕਟਰ ਦਾ 50 HP ਕੀ ਕੈਟਾਗਰੀ ਮੈਂ ਸਵਰਾਜ ਨੂੰ ਉਸ ਤੋਂ ਪਿੱਛਾ ਕਹਿ ਰਿਹਾ ਜਮੀਂ ਬੁਰਾ ਹਾਲ ਹੋ ਗਿਆ ਕਹਿ ਰਿਹਾ ਸਵਰਾਜ 855 ਵੀ ਕਹਿ ਰਿਹਾ 2-wheel ਵੀ ਬਹੁਤ ਘੱਟ ਖੜੇ ਕਹਿ ਰਿਹਾ 4-wheel ਖੜੇ ਆ 2-wheel ਆ ਰਹੇ ਕਿਉਂਕਿ 2-wheel ਕੀ ਡਿਮਾਂਡ ਜ਼ਿਆਦਾ ਆ 50 HP ਮੈਂ 2-wheel ਕੀ ਡਿਮਾਂਡ ਬਹੁਤ ਜ਼ਿਆਦਾ ਹੋਆ ਤੋ ਕਹਿ ਰਿਹਾ ਦੜਾ ਵਿਕ ਰਿਹਾ ਕਹਿ ਰਿਹਾ ਉਹ ਆਇਆ ਨਹੀਂ ਚੇਂਜਰ ਗੇਅਰ ਕਹਿ ਲਓ ਜਾਂ ਉਸਨੂੰ ਉਹ ਕਹਿ ਰਿਹਾ ਲਾ ਲਓ ਉਹ ਆਵਾਗਾ ਬਾਈ ਉਸਮਾ ਧਿਆਨ ਲਿਖਣਾ ਕਹਿ ਰਿਹਾ ਸੋਮਵਾਰ ਮੰਗਲਵਾਰ ਨੂੰ ਆ ਜਾਗਾ ਔਰ ਉਸਕੀ ਚੇਂਜਰ ਗੇਅਰ ਕੀ ਕੋਸਟ 8.5 ਕੇ ਸਮਥਿੰਗ ਜਾਂ 9.25 ਕੇ ਜਾਗੀ ਔਰ 9.5 ਕਾ ਬਾਈ ਉਹ 4-wheel ਜਾਗਾ 2-wheel ਤੋਂ ਉਹੀ 8.25 ਕਾ ਹੀ ਜਾਗਾ ਹੈ ਨਾ ਇਤਨੇ ਕਰਦਾ ਵਾ ਇਤਨੇ ਕਾ ਰੇਟ ਹੋਣਾ ਬਾਈ ਬਾਕੀ ਪ੍ਰੋਪਰ ਨਹੀਂ ਦੱਸਦੇ ਕਿਉਂਕਿ ਜਦ ਡੀਲ ਕਰਾਉਣਾ ਬਾਈ ਕਿਉਂਕਿ ਡੀਲਰਾਂ ਵਾ ਇਨਕੇ ਡਿਫਰੈਂਸ ਬਹੁਤ ਆ ਵਾ ਰੇਟ ਕਾ ਡੀਲ ਤੋਂ ਪ੍ਰੋਪਰ ਜਦੀ ਬਣਾ ਜਦ ਆਪਾਂ ਖਰੀਦਣ ਆ ਗਏ ਚੀਜ਼ ਜਦ ਆਪਾਂ ਕੈਸ਼ ਕਾਊਂਟਰ ਬੈਠੇ ਹੋਵਾਂਗੇ ਪੂਰੀ ਆਪਣੀ ਟੇਬਲ ਟੋਕ ਹੋਵੇਗੀ ਫਿਰ ਸਾਰਾ ਆਪਾਂ ਨੂੰ ਪਤਾ ਲੱਗਾ ਕਿੰਨੇ ਕੁ ਬਿਨਾ ਕਿੰਨੇ ਕੁ ਨਹੀਂ ਬਾਈ ਬਾਕੀ ਹਲੀ ਆਵਾਗਾ ਟਰੈਕਟਰ ਜੇ ਕਹੀਂ ਹੋਰ ਕਹੀਂ ਦਿਖਿਆ ਨਾ ਮਾਰ ਇੱਧਰ ਨੂੰ ਜਾਂਦੇ ਹੋਏ ਟਰੈਕਟਰ ਬਹੁਤ ਆਵਾਂ ਬਾਈ ਵਾਹ ਅਸੀਂ ਮੋਹਾਲੀ ਦੇ ਬਣਕਾ ਆਵਾਂ ਨਾ ਵਾਹ ਨੂੰ ਆਪਾਂ ਦਿਖ ਗਿਆ ਵਾਹ ਰੋਕ ਲੈਂਗੇ ਬਾਕੀ ਜਿਹੜਾ ਦੇਖ ਸਵਰਾਜ 855 4x4 ਆਉਣਾ ਉਹ ਸ਼ਟਲ ਗੇਅਰ ਬਣ ਜਾਣਾ ਹੈ ਉਹ ਕਹਿ ਰਿਹਾ ਸਿੰਪਲ ਆਵਾਗਾ ਸਿਰਫ ਜਿਹੜਾ ਸ਼ਟਲ ਗੇਅਰ ਆਵਾਗਾ ਉਹ ਸਿਰਫ ਇਸ ਮਾ ਆਵਾਗਾ 2-wheel ਮਾ ਆਵਾਗਾ ਇਹ ਕਿੱਧਰ ਮੋਬਾਈਲ ਲੈਣਾ ਮਿਲ ਗਿਆ ਤੇਰਾ ਸੌਦਾ ਕੀਤੀ ਬੈਗ ਮੋੜ ਵੀ ਅੱਗੇ ਨੂੰ ਵੀ ਗਲੀ ਕੋਈ ਚਲੀ ਜਾ ਗਈ ਸੜਕ ਨਹੀਂ ਹੈਗਾ ਗਲੀ ਆ ਪਤਾ ਨਹੀਂ ਜੇ ਫੋਨ ਲੈਣ ਆ ਜਾ ਕੀਤੀ ਵਾ ਘੱਟੋ ਘੱਟ 5-6 ਘੰਟੇ ਚਾਹੀਦੇ ਕਿੱਤੀ ਯਾਰ ਆਵਾਂ ਫੋਨ ਠੀਕ ਕਰਾਉਣ ਦੇ ਰਿਹਾ ਅੱਜ ਕਿੰਨਵਾਂ ਦੀ ਨਾ ਸੱਤਵਾਂ ਦੀ ਨਾ ਬਈ ਓਏ ਹੋਏ ਬਈ ਇਹਨੂੰ ਕਹਿ ਦੇ ਇਸ ਤਰ੍ਹਾਂ ਕੰਮ ਕਰਾਂਗੇ ਫਿਰ ਕਾਂ ਹੋਵੇਗਾ ਕਹਿੰਦੇ ਯਾਰ ਹੈਂ ਫਿਰ ਤਾਂ ਆਪਾਂ ਉਰੀ ਜੋਗਾ ਰਹਿ ਜਾਏ ਕਹਿੰਦੇ ਕਹਿ ਰਿਹਾ ਬਾਈ ਨੂੰ ਪੁੱਛ ਰਹੇ ਵੈਸੇ ਤਾਂ ਫੋਨ ਮਿਲ ਗਿਆ ਬਾਈ ਨੇ ਕਿਹਾ ਬਾਈ ਕਹਿ ਰਿਹਾ ਯਾਰ ਟਾਈਮ ਲੱਗ ਜਾਂਦਾ ਹੈ ਕਹਿ ਰਿਹਾ ਪਾਰਟ ਆਉਣੇ ਫਿਰ ਉਹਨੂੰ ਇੱਕ ਬਾਤ ਦੱਸੀ ਮਾਂ ਨਾ ਮੇਰੇ ਫਾਦਰ ਸਾਹਿਬ ਕਹਿੰਦਾ ਮਾਂ ਸਟੰਟ ਬੜਿਆ ਤਾ 2013 ਮਾਂ ਕੀਤੀ ਵੀ ਆਉਂਦਣ ਲੱਗਿਆ ਉਸ ਬਾਅਦ ਵਿੱਚ ਕਿਆ ਹੋ ਗਿਆ ਕੋਈ ਨਹੀਂ ਕਰਾ ਅੱਛਾ ਮੈਂ ਕਿਹਾ ਉਸਕਾ ਸਟੰਟ ਬੜਿਆ 2013 ਮਾਂ ਮਾਂ ਉਹ ਵੀ ਨਾ ਤੀਸਰੇ ਦਿਨ ਘਰ ਆ ਗਿਆ ਮਾਂ ਛੁੱਟੀ ਹੋਈ ਦੋ ਸਟੰਟ ਬੜੇ ਦੇ ਇੱਕ ਨੇ ਇੱਦਾਂ ਤਾਂ ਮੈਂ ਕਿਹਾ ਤੈਂ ਤਾਂ ਫਿਰ ਵੀ ਫੋਨ ਤਾਂ ਤੈਂ ਹਫ਼ਤਾ ਲਾ ਦੀ ਆ ਮਾਂ 3 ਦਿਨ ਬਾਅਦ ਮਾਰਾ ਬੰਦਾ ਘਰ ਆ ਗਿਆ ਤਾ ਸਹੀ ਬਾਤ ਆ ਕਹਿ ਰਿਹਾ ਨਹੀਂ ਬਾਤ ਆਪਕੀ ਵੀ ਸਹੀ ਹੈ ਲਓ ਮਿੱਤਰੋ ਮੈਂ ਨਾ ਸਵੇਰੇ ਆਇਆ ਤਾ ਮੋਟਰ ਬਾਸ 10:30 ਵਜੇ ਉਸ ਟਾਈਮ ਨਾ ਵਲੋਗ ਨਹੀਂ ਸਟਾਰਟ ਕਰਦਾ ਮੈਂ ਚਾਹ ਦੇਣ ਆਇਆ ਤਾ ਉਸ ਟਾਈਮ ਬਾਈ ਨੇ ਸਪਰੇਅ ਕਰ ਲਿਆ ਤਾ ਪਤਾ ਨਹੀਂ ਬਾਈ ਕਿਹੜੀ ਸਪਰੇਅ ਕਰੀ ਕਿਹੜੀ ਨਹੀਂ ਮੈਂ ਕਹਿ ਰਿਹਾ 3-4 ਘੰਟੇ ਮੈਂ ਦੇਖੋ
ਕਿਆ ਹਾਲ ਕਰਿਆ ਬਾਈ? ਗਦਵੜ ਸਦਵੜ ਗੋਭੀ ਲਾਈ, ਗੋਭੀ ਲਾਣੀ ਹੋਣੀ ਕਿਉਂਕਿ ਬਰਸਾਤ ਦੇ ਪਹਿਲਾਂ ਪਹਿਲਾਂ ਨਾ ਡੋਲਾਂ ਕੱਢਦੀ ਸੀ, ਕਿਉਂਕਿ ਬਰਸਾਤ ਮੈਂ ਤੁਹਾਨੂੰ ਪਤਾ ਬਰਸਾਤ ਦਾ ਕੋਈ ਪਤਾ ਨਹੀਂ ਵੀ ਕਿਤਨੀ ਕੁ ਹੋ ਜਾਵੇਗੀ ਕਿਤਨੀ ਕੁ ਨਹੀਂ ਹੋਏਗੀ ਤਾਂ ਪਤਾ ਨਹੀਂ ਲੱਗਦਾ। ਤਾਂ ਦੇਖੋ ਉੱਧਰ ਪੌਦ ਬੀਜ ਰੱਖੇ ਹੁਣ, ਇਹਦੇ ਕਵਾੜ ਹੋ ਗਿਆ ਬਾਈ, ਪਤਾ ਨਹੀਂ ਸਕਿਉਰਟੀ ਸਪਰੇਅ ਕਰਕੇ ਗਿਆ ਸਿਰਫ ਜਸਟ 2 ਘੰਟੇ ਮੈਂ ਸਾਰੀ ਬਾਈ ਸੋ ਗਈ, ਸਪਾਨੀ ਕਰੀ ਹੋਈ ਹੈ ਉਹ ਉਨੀ ਕੇ ਟੱਬਰ ਮਾਰਦੇ ਚਲੋ ਉਹ ਬਾਈਆਂ ਨੇ ਉੱਥਾ ਕਰਕੇ ਬਾਈ ਸਾਰਾ ਮੈਂ ਕਹਿੰਦਾ ਗਦਵੜ ਜੀ ਨਾ ਇਸ ਤਰ੍ਹਾਂ ਸੜਾ ਦੀ ਸਿਰਫ ਆਹ ਮੈਂ ਈਵ ਤੋਂ ਟਾਈਮ ਸਾਢੇ 5 ਹੋ ਰਹੇ ਹਾਂ, 6 ਵਜਣ ਵਾਲੇ ਹਾਂ, ਅੱਜ ਮੌਸਮ ਵੀ ਥੋੜ੍ਹਾ ਠੰਡਾ, ਥੋੜ੍ਹੀ ਬਰਸਾਤ ਆਈ ਸੀ ਦਿਨ ਜੇ ਸ਼ੁਰੂਆਤ ਕਰਤੀ ਬਸ ਮਾਈਨਰ ਜੀ, ਤਾਂ ਈਵ ਲਾਈਟ ਆ ਰਹੀ ਆ, ਮੈਂ ਪਾਣੀ ਦੱਸ ਕਾਊ ਕਿੱਧਰ ਲਾਉਣਾ ਕਿੱਧਰ ਨਹੀਂ, ਦੇਖ ਕਾਊ ਮਹਾਂ ਕਿੱਧਰ ਚੱਲ ਰਹੀ ਹੈ ਕਿਉਂਕਿ ਮੈਂ ਇਹ ਵੀ ਨਿਕਲਿਆ ਤਾਂ ਘਰਾਂ ਦੇ ਬਾਹਰ ਪਹਿਲਾਂ ਤਾਂ ਰਾਜਪੁਰਾ ਚਲੇ ਗਏ, ਉੱਥੇ 3-3:30 ਵਜੇ ਆਏ, ਉਹ ਬਸ ਘਰਾਂ ਬੈਠਿਆ ਹੋਇਆ ਸੀ, ਤੁਹਾਨੂੰ ਪਤਾ ਆਏ ਸੀਗਾ ਆਤਮਾ ਉਹ ਆਏ ਸੀ ਨੀਂਦ ਜੀ ਆਈ ਘੇਰ ਚੜ੍ਹਾਈ ਸਾੜੀ ਨਹੀਂ ਪਤਾ ਹੀ ਨਹੀਂ ਰਿਹਾ, ਫਿਰ ਸੋਕ ਕਈ ਬੂਠਾ ਆਇਆ ਜੀ ਦੇਖਿਆ ਲਾਈਟ ਚੱਲ ਰਹੀ ਹੈ, ਮੈਂ ਚੱਲ ਮੈਂ ਜਾ ਕੇ ਆਊਂ ਖੇਤ, ਮੈਂ ਕਿਆ ਹਿਸਾਬ ਕਿਤਾਬ, ਦੇਖੋ ਦੂਬੜੇਗਾ ਕਿਆ ਹਾਲ ਕਰਿਆ, ਮੈਨੂੰ ਇਸ 'ਤੇ ਹੈਰਾਨੀ ਆਈ, ਸਵੇਰੇ ਗਿਆ ਤਾਂ ਬਿਲਕੁਲ ਹਾਰਾ ਪੜਿਆ ਤਾ, ਅਸੀਂ ਵੀ ਦੇਖੋ ਕਿਆ ਹਾਲ ਹੋਇਆ ਇਸਕਾ, ਬਾਕੀ ਖਾ ਲਈਆਂ ਸੀ ਮੈਂ ਪਾਣੀ ਕੱਢ ਗਿਆ, ਕੋਈ ਬਰਸਾਤ ਜ਼ਿਆਦਾ ਨਹੀਂ ਪੜੀ ਹੈ। ਆਪਣੇ ਨਾ ਮਿੱਤਰੋ ਟਰੈਕਟਰ ਨਾ 2 ਮੈਂ ਲੱਗ ਰਹੇ ਹਾਂ ਚੈਨਲ ਲੱਗ ਰਹੇ ਹਾਂ, 2 ਚੈਨਲ ਕਹਿ ਰਿਹਾ ਐਂਪਲੀਫਾਇਰ ਲੱਗ ਰਹੇ ਹਾਂ ਸੋਰੀ, ਇੱਕ 4 ਚੈਨਲ ਇੱਕ ਮੋਨੋ, ਬਟ ਨਾ ਜਿਹੜਾ 4 ਚੈਨਲ ਆ ਆਪਣਾ ਇਹਨੂੰ 4 ਓਵਲਾਂ ਨੂੰ ਰਨ ਕਰਾਇਆ ਉਸ ਪਾ ਨਾ ਬਾਈ, ਮੈਂ ਚੈਨਲ ਉਸਕੇ ਨਾ 2 ਸੜੇ ਹੋਏ ਬਾਈ, ਮਤਲਬ 4 ਚੈਨਲ ਤਾਂ ਉਸਕੇ 2 ਚੈਨਲ ਰਹਿ ਰਹੇ ਹਾਂ, 2 ਕਾ ਵੀ ਇੱਕ ਸੜ ਗਿਆ ਤਾਂ ਮਤਲਬ 3 ਚੈਨਲ ਟੁੱਟ ਗਏ, ਪਤਾ ਨਹੀਂ 2 ਰਹਿ ਰਿਹਾ ਪਤਾ ਨਹੀਂ 1 ਰਹਿ ਰਿਹਾ ਬਾਈ, ਉਸ ਕੰਮ ਨੂੰ ਪਤਾ ਨਹੀਂ ਸਹੀ ਤਾਂ ਪ੍ਰੋਪਰ, ਕਿਉਂਕਿ ਨਾ ਆਪਾਂ ਨੇ ਜਦ ਪਹਿਲਾਂ ਸੈਟਅਪ ਚੇਂਜ ਕਰਿਆ ਤਾ ਨਾ ਜਦ ਲਵਾ ਕੇ ਲਏ ਤੇ ਜਿਹਦੀ ਉੱਡ ਗਏ ਦੇ ਉਹ, ਬਟ ਉਸ ਦਿਨ ਆਪਣੇ ਬਾ ਮੰਨ ਕੇ ਚਲੋ ਟਾਈਮ ਨਹੀਂ ਤਾ, ਈਵ ਆਪਣਾ ਟਰੈਕਟਰ ਵੀ ਵਿਹਲਾ ਮਤਲਬ ਸੀਜ਼ਨ ਦੇ ਬਾਹਰ ਆ, ਇਹ ਫਰੀ ਟਾਈਮ ਆ, ਤੋ ਇੱਕ ਵਿਸ਼ਾਲ ਕਾ ਨਾ ਐਂਪਲੀਫਾਇਰ ਪਤਾ ਨਹੀਂ ਕਿਆ ਹੋ ਰਿਹਾ ਫਿਊਜ ਡਾ ਰਿਹਾ ਬਾਈ, ਜਿਹੜਾ ਬੂਫਰ ਨਹੀਂ ਚਲਾ ਰਿਹਾ ਹੈ, ਤਾਂ ਉਹ ਕਹਿੰਦਾ ਮੈਂ ਬੂਫਰ ਖੋਲ ਕੇ ਲੈ ਜਾਣਾ, ਮੈਂ ਯਾਰ ਨਾ ਉਹ ਐਂਪਲੀਫਾਇਰ ਖੋਲ ਕੇ ਲੈ ਜਾਣਾ ਬੂਫਰ ਨਹੀਂ ਚੱਲ ਰਿਹਾ ਮੇਰਾ, ਮੈਂ ਚੱਲ ਯਾਰ ਮੈਂ ਵੀ ਐਂਪਲੀਫਾਇਰ ਖੋਲੂ ਇੱਕ ਤੋਂ, ਦੋਨਾਂ ਗਏ ਇਕੱਠੇ ਚਲੇ ਜਾਵਾਂਗੇ ਕੈਂਟ ਰਿਪੇਅਰ ਕਰਾਉਣੇ ਦੇਣੇ ਆ, ਕਿਉਂਕਿ ਗੁਰਸਾਹਿਬ ਪੂਰਾ ਹੈ ਨਹੀਂ ਬਾਈ, ਗੁਰਸਾਹਿਬ ਬਾਹਰ ਜਾ ਰਿਹਾ, ਕਹਿੰਦਾ ਮੈਂ ਸਿੱਧਾ ਤੁਹਾਨੂੰ ਡਾਇਰੈਕਟ ਦੱਸ ਦੂਆਂ ਵੀ ਵਾਹਾਂ ਤਾਂ ਇੰਨਾ ਕਰਾ ਲਈਏ ਤਾਂ, ਕਿਉਂਕਿ ਮੈਂ ਉਰਾ ਹੈ ਨਹੀਂ ਬਈ ਤੇਰਾ ਟਾਈਮ ਵੀ ਖਰਾਬ ਹੋਆ, ਮੈਂ ਕਦੀ ਦੁਕਾਨ ਪਰ ਰੱਖ ਲਈ ਜੂੰ ਬੰਦੇ ਰੱਖ ਲਏ ਜਾਂ ਉਹਨੂੰ ਭਜਾਇਆ ਨਾ ਜਾ, ਮੈਂ ਚਲੋ ਠੀਕ ਆ, ਤੋ ਇਵਨ ਉਹ ਖੋਲੂ ਮੈਨੂੰ ਛਤਰੀ ਖੋਲਣੀ ਬੜਾ ਗਈ, ਬਟ ਉਸਕੇ ਕਿਹੜੇ ਉਰੇ ਦੇ ਮੈਂ ਕਿਆ ਨਾ ਦੇਖ ਰਹਾ, ਜਿਹੜਾ ਪਿਛਾਲ ਵਾਲਾ ਸੈੱਟ ਲੱਗਿਆ ਹੋਇਆ ਉਸ ਕੋਲ ਇੱਕ ਬੂਫਰ ਆ ਨਾ ਉਸਕਾ ਤਲਾਈ ਦਾ ਉਹ ਐਂਪਲੀਫਾਇਰ, ਬਟ ਮੈਨੂੰ ਛਤਰੀ ਖੋਲਣੀ ਬੜਾ ਗਈ, ਆਪਣਾ 4 ਚੈਨਲ ਵਾਲਾ ਜਿਹੜਾ ਐਂਪ ਆ ਨਾ ਉਹ ਖੋਲੂਗਾ ਬਾਈ, ਉਸਨੂੰ ਖੋਲ ਕੇ ਦੇਖਾਂਗੇ ਰਿਪੇਅਰ ਕਰਾਉਂਗੇ, ਫਿਰ 4 ਓਵਲ ਚਲਾਂਗੇ ਆਪਣੇ, ਨਹੀਂ ਹਲੇ ਤੋਂ ਨਾ ਸਿਰਫ 2 ਹੀ ਚੱਲ ਰਹੇ ਹਾਂ ਬਾਈ, ਸਿਰਫ ਉੱਧਰਲੇ ਉੱਧਰਲੇ 2 ਚੱਲ ਰਹੇ ਹਾਂ, ਬਾਕੀ ਬੰਦ ਬਣੇ ਹਾਂ, ਬਾਕੀ ਇਸ ਨੂੰ ਖੋਲਣਾ ਤੁਹਾਨੂੰ ਪਤਾ ਹੀ ਆ ਇੱਕ ਟਾਸਕ ਹੋਆ ਪੂਰਾ ਕਿਸ ਤਰ੍ਹਾਂ ਕਰਨਾ। ਲਓ ਬਾਈ ਛੱਤਰੀ ਤਾਂ ਤਾਰ ਦੀ, ਇਸ ਨੂੰ ਖੋਲਣਾ ਪੜਾਗਾ, ਇਹ ਪੇਚਕਸ ਗੱਲ ਖੁੱਲਾਗਾ, ਦੇਖੋ ਇੱਧਰ ਤਾਂ ਹੋਇਆ ਇਸ ਕੱਲਾ ਟਰਮ ਪਟਰਮ, ਇਹ ਆਪਣਾ ਮੋਨੋ ਆ, ਮੋਨੋ ਠੀਕ ਆ ਸਰੀਰ ਸਾਰਾ ਕੁਛ, ਸਿਰਫ ਇਹ ਉਹਨੂੰ ਚੱਲ ਰਿਹਾ 4 ਚੈਨਲ, ਇਸਕੇ 2 ਚੈਨਲ ਬੰਦ ਪਏ ਆ, ਬਾਕੀ ਉਹ ਆਪਣਾ ਇਹ ਦੇਖੋ ਸਿਰਫ ਇਹ ਸੀਰੀਜ ਆਊਟਪੁੱਟ ਦੇ ਆ, ਬਾਕੀ ਨਹਿ ਚਲਾਉਣ ਵਾਲੀ ਚੀਜ਼ਾਂ ਬਾਈ ਬੜੀ ਬੜੀ, ਉਹਦੇ ਬੰਦੇ ਸੋਚਾਂ ਇਹ ਸਿਰਫ ਆਊਟਪੁੱਟ ਬਲਿਊਟੂਥ ਦੇ ਸਿਰਫ ਆਡੀਓ ਲੈ ਰਿਹਾ ਛੋਟੀ ਜਿਹੀ ਇੱਕ, ਬਾਕੀ ਨਹਿ ਲੀਡਾਂ ਜਾ ਰਹੀ, ਉਹ ਬਾਕੀ ਸਾਰਾ ਵਰਕ ਕਰ ਰਿਹਾ, ਸਾਰਾ ਖਤਰਨਾਕ ਕੰਮ ਇਨਕਾ ਬਾਈ, ਇਨਕੇ ਸਿਰ 'ਤੇ ਆ, ਇੰਨੀ ਕੇ ਪੈਸੇ ਆ ਆਪਾਂ 5-6 ਹਜ਼ਾਰ ਰੁਪਏ ਕੇ ਨਾ, ਇੰਨੀ ਕੇ ਪੈਸੇ ਸਾਰੇ। ਲਓ ਮਿੱਤਰੋ ਮੇਰੇ ਵਾਲਾ ਤਾਂ ਕੰਮ ਚੱਲ ਗਿਆ, ਆਪਣੇ ਨਾ 2 ਚੈਨਲ ਚੱਲ ਰਹੇ ਤੇ ਤਰਲੇ ਵਾਲੇ ਉੱਪਰ ਵਾਲੇ ਬੰਦ ਤੇ, ਮੈਨੇ ਸਾਰੇ ਏ ਸੀ ਪਾ ਚਲਾ ਦਈਏ, ਮੋਇਨ ਪਾ ਕਿਹੜਾ ਇੰਨਾ ਲੋਡ ਪੜ ਰਿਹਾ, ਮੈਂ ਚੱਲ ਦੇਖੀ ਜਾ ਕੇ ਜਾਂ ਸਾਰੇ ਫੂਕਾ ਦੇਖੀ ਜਾ ਕੇ
ਇਹ ਦੋ ਚੈਨਲਾਂ ਪਿੱਛੇ ਸਾਰਾ ਜਗਾੜ ਖੋਲਦਾ ਗਾ ਮਾ, ਕੋਈ ਚੱਕਰ ਨਹੀਂ। ਇਹ ਉੱਪਰ ਵਾਲੇ ਖੋਲ ਦੀਏ, ਇਹ ਤਲੀ ਕਰ ਦਈਏ, ਇੱਕ ਚੈਨਲ ਮਤਲਬ ਦੋ ਦੋ ਸਪੀਕਰ ਚਲਾ ਦਈਏ। ਨਹੀਂ ਉਹ ਫੋਰ ਚੈਨਲ ਦਾ ਫੋਰ ਵਾ ਮਤਲਬ ਵਾ ਤਾਂ ਇਹ ਵਾ, ਚਾਰੋ ਸਪੀਕਰ ਚੱਲ ਰਹੇ ਤੇ ਇਹ ਦੋਵਾਂ ਬਾਈ ਚਾਰ ਸਪੀਕਰ ਚੱਲ ਰਹੇ ਹਾਂ। ਚਲੀ ਜਾਣ ਦੋ, ਕੋਈ ਚੱਕਰ ਨਹੀਂ ਹੈ, ਇਹ ਤਾਂ ਨੀਗਾ ਚੱਲਦਾ ਰਹੇ ਕਰਾ ਇੰਨਾ ਕਦੋਂ। ਇਸ ਤਰ੍ਹਾਂ ਸੁਣ ਲਿਆ ਮਾਲਕ, ਜਦ ਕਹਿੰਦੇ ਨਾ ਮਾਲਕ ਸੁਣਨੇ ਵਾਵਾ, ਇਸ ਤਰ੍ਹਾਂ ਸੁਣ ਲਿਆ। ਨਹੀਂ ਉੱਥੇ ਜਾਂਦੇ ਖੋਲਦੇ ਸਾਰਾ ਫਿੱਟ ਕਰਦੇ, ਇਹ ਆਪਣਾ ਨਹੀਂ ਚੱਲ ਰਿਹਾ, ਚਾਰੋ ਸਪੀਕਰ ਚੱਲ ਗਿਆ ਨਾ, ਵਧੀਆ ਚੱਲ ਗਿਆ ਯਾਰ, ਪਹਿਲਾਂ ਤਾਂ ਵਧੀਆ ਚੱਲ ਰਿਹਾ, ਥੋੜ੍ਹੀ ਜਿਹੀ ਗੇਨ ਵਧਾ ਦੀ, ਐਂ ਵਧੀਆ ਨਜ਼ਾਰੇ ਦੇ। ਨਹੀਂ ਖੋਲ ਕਾ ਵਾ ਕਰੋ, ਉਸ ਕਾ ਲੈ ਕੇ ਜਾਣਾ ਪੜਾਗਾ ਬਾਈ ਵਿਸ਼ਾਲ ਵਾਲਾ, ਕਿਉਂਕਿ ਵਿਸ਼ਾਲ ਵਾਲਾ ਜਮੀ ਬੂਫਰ ਨਹੀਂ ਚਲਾ ਰਿਹਾ ਹੈ। ਉਹਨਾਂ ਨੂੰ ਮੰਨ ਕੇ ਚੱਲੋ, ਮੇਰੇ ਤੋਂ ਅੰਦਰ ਦੇ ਕੁਛ ਚੈਨਲਾਂ ਨੂੰ ਕੁਛ ਹੋ ਗਿਆ, ਉਹ ਕਹਿਣ ਡੇਗਰਾ ਮੰਨ ਕੇ ਚਲੋ ਫਿਊਜ ਡਰ ਰਿਹਾ, ਉਹ ਕੋਈ ਮਤਲਬ ਪਾਵਰ ਇਸ਼ੂ ਹੋਣਾ ਅੰਦਰ, ਕਿਆ ਚੱਕਰ ਹੋਣਾ ਕਿਆ ਨਹੀਂ, ਜਾਂ ਕੋਈ ਬਿਜਲੀ ਦਾ ਚੱਕਰ ਆ, ਉਹ ਫਿਊਜ ਡਰ ਰਿਹਾ, ਤੋਂ ਕਰਕੇ ਉਸ ਵਾਰ ਲੈ ਜਾਣਾ ਪੜਾਗਾ, ਮੇਰੇ ਵਾਲਾ ਤੋਂ ਵੀ ਕੰਮ ਸਰ ਗਿਆ। ਬਾਕੀ ਛਾਤਰੀ ਉੱਪਰ ਚੜਾਣੀ ਲਾਣੀ ਮੁਸ਼ਕਿਲ, ਥੋੜ੍ਹੀ ਜਿਹੀ ਔਖੀ ਆ, ਬਾਕੀ ਚੱਲ ਲਾਊਂਗਾ ਇਸ ਨੂੰ ਵੀ। ਲਓ ਬਾਈ ਹੋ ਗਿਆ ਕੰਮ ਕੰਪਲੀਟ, ਐਸੇ ਕੰਮ ਨੂੰ ਤਾਂ ਮਿੰਟ ਲਾਵਾਂ ਬਾਈ। ਬਾਕੀ ਗਰਮੀ ਗਰਮੀ ਕਰੀ ਵੀ ਛੱਡ ਦੇ ਗੱਲਾਂ, ਮੈਂ ਕੰਮ ਕਰ ਨਹੀਂ ਦਿੰਦੀ, ਮੈਂ ਕਿਹਾ ਮੈਂ ਘਰ ਘਰ ਰਹਿਣਾ, ਬਟ ਗਰਮੀ ਜਦ ਉਤਰ ਜਾ ਜ਼ਿਆਦਾ, ਸਿਸਟਮ ਸੁਣਨੇ ਨੂੰ ਮਿਲਿਆ ਨਾ, ਫਿਰ ਬੰਦਾ ਸੋਚਿਆ ਯਾਰ ਕੁਛ ਨਹੀਂ ਹੁੰਦਾ, ਦਸ ਮਿੰਟ ਜ਼ੋਰ ਲਾ ਕੇ ਮੈਨੂੰ 15-20 ਮਿੰਟ ਲੱਗੇ ਖੋਲ੍ਹਣੇ ਯਾਰ, ਭੇੜਨੇ ਆ ਔਰ ਵਾ ਘੱਸਣੇ ਵਾ, ਪੂਰਾ ਕੰਮ ਓਕੇ ਹੋ ਗਿਆ। ਬਾਕੀ ਬੰਦਿਆਂ ਨੂੰ ਕਹਿ ਤਾ ਮੈਂ ਜਾ, ਉਹ ਕਹਿ ਨਾ ਯਾਰ ਤੂੰ ਗੈਲ ਚੱਲ, ਫਿਰ ਵੀ ਮੈਂ ਠੀਕ ਹੈ ਚੱਲ, ਈਵਨ ਕਿ ਗੈਲ ਜਾ ਕੇ ਸੈਰ ਭਾਈ। ਦੋਨੋਂ ਬਈ ਚਲਾ ਦੀ ਮਾਂ, ਜਦ ਇਕੱਠੀ ਚਾਰੋ ਸੜਾਂਗੇ ਮਾਂ ਐਂਪੋ ਨਵਾਂ ਲੈ ਲੇਗੇ, ਫਿਰ ਕੰਮਾਂ ਨੂੰ ਬੈਠਾਂਗੇ, ਫਿਰ ਜਾਂ ਚਾਰਾਂ ਨੂੰ ਮਾਂ ਜਲਦੀ ਠੀਕ ਕਰਾ ਦੇਗੀ ਜਦੀ। ਹੁਣ ਆਪਾਂ ਕਿਆ ਲੋਡ ਵੱਧ ਰਿਹਾ, ਕਿੰਨਾ ਕੁ ਡੱਕ ਚਲਾ ਰਹੇ ਆਪਣਾ ਯਾਰ, ਲੋਡ ਬੇਸ ਕਰਕੇ ਪੜਾ ਬੇਸ ਵਾਲਾ ਤਾਂ ਮੇਰੇ ਪਾ ਲੱਗਾ ਨਾ, ਮੇਰੇ ਪਾ ਤਾਂ ਮੋਨੋ ਲੱਗ ਰਿਹਾ ਨਾ, ਸਪੀਕਰ ਵਾਲੇ ਲੱਗਾ, ਸਪੀਕਰਾਂ ਮੈਂ ਕਹਿ ਲਾਉਂਦਾ ਸਾਲਾ, ਜ਼ਿਆਦਾ ਤੋਂ ਜ਼ਿਆਦਾ ਯਾਰ ਆਪਾਂ ਜਦ ਜਾਵਾਂ ਜਿਹਦੀ ਚਲਾ 2-4 ਘੰਟੇ, ਨਹੀਂ ਤਰ੍ਹਾਂ ਕਹਾਂ ਚੱਲ ਰਿਹਾ, ਘਰਾਂ ਕੀਰਤਨ ਵੀ ਚੱਲ ਰਿਹਾ, 6 ਮਹੀਨੇ ਵੀ ਖੜੇ ਹੀ ਰਹਿਣਾ। ਬਾਕੀ ਇੱਧਰ ਦੁਕਾਨ ਦੱਸੀ ਦੀ ਬਾਈ ਨੇ, ਜੀ ਇਲੈਕਟ੍ਰੋਨਿਕਸ ਕਹਾਂ ਸੁਣ, ਇਹ ਸਟੇਡੀਅਮ ਆ ਬਾਈ ਅੰਬਾਲੇ ਕੈਂਟਕ, ਹਾਂ ਚੰਗਾ ਤਕੜਾ ਕਾਫੀ ਬੜਾ, ਉਰੇ ਦੂਸਰਾ ਮੈਚ ਤਾਂ ਨੀ ਹੋਇਆ ਨਾ, ਅੰਬਾਲੇ ਲੈਣ ਦੇਣ ਸਾਰਾ ਕੁਛ। ਮਲਟੀ ਕਾਰ ਪਾਰਕਿੰਗ
ਪੰਜਾਬੀ ਜੁੱਤੀਆਂ ਵਾਲੇ ਕੇ ਸਾਹਮਣੇ ਗਿਰਤਾ ਉਹ ਜੀ ਇਲੈਕਟ੍ਰੋਨਿਕਸ ਛੋਟਾ ਮੋਟਾ ਕੰਮ ਥੋੜੀ ਆ ਬਾਈ ਰੈਂਪ ਚੱਕੀ ਕਿਆ ਹੋਇਆ ਬਈਆ ਇਸ ਸੈਂਪ ਕੋ ਬੇਸ ਨਹੀਂ ਜਾ ਰਹੇ ਕਿ ਸਪੀਕਰ ਜਾ ਰਹੇ ਕੁਛ ਵੀ ਜਾ ਰਹੇ ਕੁਛ ਵੀ ਨਹੀਂ ਜਾ ਰਹੇ ਅੱਛਾ ਇਹਨੇ ਅੱਛਾ ਪੰਜਾਬੀ ਜੁੱਤੀਆਂ ਵਾਲੇ ਬਾਈ ਇਹਨਾਂ ਕੇ ਸਾਹਮਣੇ ਦੱਸਿਆ ਤਾਂ ਮੈਨੂੰ ਲਓ ਬਾਈ ਐਂਪਲੀਫਾਇਰ ਦੀਆ ਸਿਰਫ ਇੱਕ ਇੱਕ ਮਿੰਟ ਲਿਆ ਉਹਨੇ ਨੋਟ ਕਰਕੇ ਇਹਨੂੰ ਪਰਚੀ ਦੇ ਦੀ ਕਹਿ ਰਿਹਾ ਇੰਨਾ ਟਾਈਮ ਕਹਿ ਰਿਹਾ ਸਾਂਝ ਨੂੰ ਦੱਸ ਦੇ ਕਿਆ ਫਾਲਟ ਆ ਕਿਆ ਨਹੀਂ ਠੀਕ ਹੋਵੇਗਾ ਨਹੀਂ ਹੋਵੇਗਾ ਉਹਦਾ ਪਰਚੀ ਦੇ ਦੀ ਕਹਿ ਰਿਹਾ ਬੁੱਗੇ ਕੰਮ ਤਕੜੇ ਲੈਵਲ ਦਾ ਕੰਮ ਆ ਸ਼ਾਮ ਨੂੰ ਫਲਟ ਦੱਸਾਂਗੇ ਜੇ ਕਰਵਾਉਣਾ ਵੀ ਇਤਨੇ ਪੈਸੇ ਦੇਵਾਂਗੇ ਫਿਰ ਕਰਵਾ ਦਿਓ ਆਪਾਂ ਨਾਈ ਵੀ ਕਹਾਗਾ ਵੀ ਇੰਨੇ ਦਿਨਾਂ ਬਾਅਦ ਪਧਾਰੇ ਹਾਂ ਕਹਿੰਦੇ ਕਹਿ ਸਵਾਗਤ ਕਰ ਥਾਲੀ ਲੈ ਕੇ ਪਹਿਲਾਂ ਮਾਰਾ ਕਹਿੰਦੇ ਭੈਣ ਚ ਦੋ ਵਜੇ ਆਏ ਤੇ ਚਾਰ ਵਜਾ ਦੀ ਹੈ ਠੀਕ ਆ ਬਾਈ ਵਿਆਹ ਨੀ ਹੈ ਯਾਰ ਨਹੀਂ ਆ ਛੜਾ ਮਲੰਗ ਚੱਲ ਚੱਲ ਹੋ ਚੱਲ ਖੜਾਓ ਬਸ 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 ਦਸ ਮਿੰਟ ਤੋਂ ਹੋਰ ਕਿਆ ਸੁੱਕਾ ਪਾਣੀ ਮਾਰਦੇ ਵੀਰ ਬਸ ਇਸ ਵਾਰ ਜ਼ਿਆਦਾ ਨਾ ਕੁਛ ਕਰੇ ਭੈਣ ਤੋਂ ਵੀ ਉਹੀ ਮਰਫਾ ਦਬਾ ਹੋ ਗਿਆ ਦੋ ਘੰਟੇ ਲਵਾ ਦੀਏ ਤੈਨੇ ਬਾਈ ਬਾਈ ਪਹਿਲਾਂ ਅਪੋਇੰਟਮੈਂਟ ਲੈ ਲਏ ਕਰ ਤੂੰ ਦੇਖੇ ਉਹ ਬਾਈ ਇਹੋ ਨਹੀਂ ਲਾਉਣਾ ਯਾਰ ਇਸਕਾ ਰਹਿਣ ਦੇ ਯਾਰ ਖੜਾ ਉਹ ਭੈਣ ਚੋਦ ਬਸ ਬਾਈ ਉਹ ਲਾਉਣਾ ਨਹੀਂ ਬਾਈ ਰਹਿਣ ਦੇ ਯਾਰ ਰਹਿਣ ਦੇ ਯਾਰ ਤੀਵੀਂ ਸਕੂਟਰੀ ਦੇ ਕਿਸ ਤਰ੍ਹਾਂ ਡਰੇ ਕਰਾ ਰੁਕ ਜਾ ਰੁਕ ਜਾ ਬੰਦਾ ਨੇ ਬਾਈ ਤੀਵੀਆਂ ਕਿਸ ਤਰ੍ਹਾਂ ਟਾਈਮ ਲਾਇਆ ਤੀਵੀਆਂ ਕਿਸ ਤਰ੍ਹਾਂ ਕਿੰਨੇ ਘੰਟੇ ਲਾਏ ਬਾਈ ਬਾਈ ਦੋ ਜਵਾਨੀ ਚੜੀ ਆ ਨਵੀਂ ਸਿਸੇ ਕੋਲ ਚੱਲ ਚੱਲ ਆ ਜਾ ਬਈ ਆ ਜਾ ਕੁੰਡੀਆਂ ਦੇ ਸਿੰਘ ਫਸ ਗਏ ਕਹਿੰਦਾ ਨਿਕਲ ਬੜੇ ਮੈਂ ਖਾਣ ਅਗਲੇ ਨੇ ਪਿੱਛੇ ਐਲ ਲਿਖਵਾ ਰੱਖਿਆ ਬਾਈ ਉਹੀ ਹੈ ਕੋਈ ਯਾਰ ਉੱਕੀ ਗਲਤੀ ਹੈ ਕਾਲੀ ਗੱਡੀ ਵਾਲੀ ਦੀ ਹੋਰ ਉਹ ਇੱਧਰ ਦੇ ਇਹਨੇ ਕਹਿ ਦਿਆ ਵੀ ਜਾ ਰੋਕ ਲੈ ਯਾਰ ਚੱਲ ਕੋਈ ਨੀ ਬਾਈ ਉਹ ਪਿੱਛੇ ਦੇ ਉਹ ਵੀ ਆਏ ਜਦੋਂ ਆਈਟਮ ਹੀ ਟੱਕਰ ਰਹੀ ਕਿਤਨੇ ਲੋਕ ਡਰ ਰਹੇ ਬਾਈ ਕਹਦੇ ਅੱਧ ਹੀ ਹੋ ਜਾਏ ਇਸ ਰੋਡਾਂ ਕਿੱਥੇ ਵੀ ਤਾਂ ਹੁਣ ਡੇਵਰ ਵਾਲੇ ਵੀ ਡਰ ਰਹੇ ਚੱਲ ਵੈਨਿਊ ਵਾਲੇ ਕਹਿੰਦੇ ਡਰਨਾ ਬਣਾ ਕਹੀਂ ਨਾ ਕਹੀਂ ਚਲੋ ਯੂਪੀ ਕੇ ਦਿੱਲੀ ਦਿੱਲੀ ਕੇ ਬੰਦੇ ਬਹੁਤ ਡਰਨਾ ਬਾਈ ਬਲੋਗ ਵਾਲਾ ਇਹਨੇ ਪਾ ਹੋਗਾ 22 ਇੰਚੀ ਲਗਵਾ ਕੇ ਆਫ ਰੋਡਿੰਗ ਗਈ ਐਸੇ ਰੋਡ ਪਾਵਾਂ ਦੇਖ ਲੈ ਕਿੰਨਾ ਟਾਈਮ ਲਗਾ ਆਪਾਂ ਨੂੰ ਆਣੇ ਮੈਂ 4 ਵਜੇ ਚਲੇ ਦੇ
ਸਾਢੇ ਸੱਤ ਹੋ ਗਏ, ਕਿੰਨੇ ਘੰਟੇ ਲੱਗੇ ਬਾਈ? ਢਾਈ ਬੰਦ ਕਰਿਆ ਪਤਾ ਚੱਲ ਗਿਆ, ਢਾਈ ਤਿੰਨ ਘੰਟੇ ਲੱਗੇ ਦੇਖ ਲੇ, ਚਾਰ ਵਜੇ ਚਲੇ ਗਏ, ਸਾਢੇ ਸੱਤ ਹੋ ਗਏ। ਕਿਆ ਸੈਰ ਕਰਾ ਕੇ ਜਾਣਾ ਬਾਈ? ਹੋਰ ਲੀਪ ਵਾਲਾ ਸਾਲ ਚੱਲ ਰਿਹਾ ਨਾ, ਅੱਜ ਲੇਟ ਅੱਛੀ ਪਾਗਾ ਵਾ ਸੂਰਜ ਲੜ ਰਿਹਾ ਉਸ ਨੂੰ। ਰਸਤਾ ਪੁੱਛ ਰਿਹਾ ਸਾਡੇ।